ਅਸਲਾਮ ਵਾਲੇਕਮ ਦੋਸਤੋ, ਇਹ ਫੀਅਰ 640 ਆ ਗਿਆ ਜੀ, 10 ਮਾਡਲ ਅਤੇ ਮਗਰ ਮਸ਼ੀਨ ਹੈਗੀ 100 ਕਟਰ ਦੀ, ਹਲ ਬੁਰਾਕ ਵਾਲਿਆਂ ਦੀ ਫੈਸਲਾਬਾਦ ਦੀ ਬਣੀ ਹੋਈ ਆ। ਅਤੇ ਆਪਣੇ ਬਹੁਤ ਹੀ ਪਿਆਰੇ ਦੋਸਤ ਆ ਸ਼ਹਾਦਾ, ਆਪਣੇ ਇੱਥੇ ਜੱਟ ਆਪਣੇ ਦਲਵਾਲ ਦਾ ਹੀ ਆ, ਵੱਡੇ ਜਹਾਂਗੀਰ ਦੀ ਤਹਿਸੀਲ ਦੇ ਵਿੱਚ ਹੁੰਦਾ ਆ। ਅਤੇ ਇਹ ਫੀਅਰ 640 ਹੈਗਾ ਵਾ, ਅਤੇ ਚੱਲ ਸੋ ਚੱਲ ਮਸ਼ੀਨ ਕਰਾਈ ਉਹਨਾਂ ਨੇ, ਆਪਾਂ ਨਹੀਂ ਵਿਹਲੇ ਦੀ ਆ, ਚੱਲ ਸੋ ਚੱਲ ਮਸ਼ੀਨ ਆ, ਚੈੱਕ ਕਰੋ। ਬੁਰਾਕ ਵਾਲਿਆਂ ਦੀ ਪ੍ਰੈਸ਼ਰ ਆ, ਅਤੇ 440 ਆ, ਫੀਅਰ 640 ਆ, ਉਹ ਮਾਰਦਾ ਪਿਆ। ਬਾਕੀ ਫੀਅਰ 640 ਜਿਹੜੇ ਨਾ ਬਾਦਸ਼ਾਹ ਟਰੈਕਟਰ ਆ ਜੀ, ਪ੍ਰੈਸ਼ਰਾਂ ਦੇ, ਆਪਣੇ ਬੇਲੀ ਆ ਰੰਧਾਵਾ ਵਾ, ਉਹ ਵੀ ਆਉਂਦਾ ਪਿਆ ਸੀ ਫੀਅਰ 640 ਬਾਦਸ਼ਾਹ ਵਾ। ਵਾਕਈ ਉਹਦੀ ਗੱਲ ਮੰਨਣ ਵਾਲੀ ਆ ਕਿ ਫੀਅਰ 640 ਬਾਦਸ਼ਾਹ ਟਰੈਕਟਰ ਆ ਮਸ਼ੀਨ ਦੇ। ਬਾਕੀ ਆਪਾਂ ਬੰਦਾ ਤੁਹਾਨੂੰ ਚੈੱਕ ਕਰਾਉਂਦੇ, ਗਾਲਾ ਲਾਉਂਦਾ, ਚੈੱਕ ਕਰੋ, ਬੰਦਾ ਗਾਲਾ ਲਾ ਰਿਹਾ ਵਾ, ਟਰੈਕਟਰ ਕੋਈ ਧੂੰਆਂ ਨਹੀਂ ਦਿਖਾ ਰਿਹਾ, ਚੈੱਕ ਕਰੋ, ਕੋਈ ਧੂੰਆਂ ਨਹੀਂ, ਕੋਈ ਗੱਲਬਾਤ ਨਹੀਂ, ਚੈੱਕ ਕਰੋ, ਉਹਨੇ ਗਾਲਾਂ ਹੁਣ ਲਾਇਆ ਵਿੱਚ, ਕੋਈ ਧੂੰਆਂ ਛੂਆਂ ਨਹੀਂ, ਬੰਦਾ ਭਰੀ ਲਿਆ ਕੇ ਮਗਰ ਖਲੋ ਗਿਆ ਇੱਕ, ਚੈੱਕ ਕਰੋ ਜੀ। ਟਰੈਕਟਰ ਨੂੰ ਕੋਈ ਪਤਾ ਨਹੀਂ ਗਾ ਕਣਕ ਕਿੰਨੀ ਹੁੰਦੀ ਮੇਰੇ ਵਿੱਚ, ਕਿੰਨੀ ਨਹੀਂ, ਟਰੈਕਟਰ ਬਸ ਕੱਢੀ ਜਾਂਦਾ ਜੋ ਉਹਦੇ ਅੱਗੇ ਹੁੰਦਾ, ਭਾਵੇਂ ਕਣਕ ਗਿੱਲੀ ਹੋਵੇ ਸੁੱਕੀ ਹੋਵੇ, ਫੀਅਰ ਦੇ ਅੱਗੇ ਵਾਸੀ ਕਿਸੇ ਚੀਜ਼ ਦਾ ਨਹੀਂ ਗਾ। ਫੀਅਰ ਟਰੈਕਟਰ ਇੱਕ ਨਾਮ ਨਹੀਂ, ਬ੍ਰੈਂਡ ਆ, ਚੈੱਕ ਕਰੋ, ਧੂੰਆਂ ਹੈ ਹੀ ਨਹੀਂ ਟਰੈਕਟਰ ਦੇ। ਆਪਾਂ ਥੋੜ੍ਹੀ ਜਿਹੀ ਵੱਡੀ ਕਰਕੇ ਚੈੱਕ ਕਰਾ ਦਿੰਦੇ ਹਾਂ, ਦੇਖੋ ਧੂੰਆਂ ਹੈ ਹੀ ਨਹੀਂ। ਬਾਕੀ ਦੋਸਤੋ ਕਮੈਂਟ ਕਰਕੇ ਦੱਸਣਾ ਵਾ, ਬਲੋ ਕਿਉਂ ਮਾਰਨ ਡਿਆ ਥੱਲਿਓ, ਆ ਚਿੱਟੀ ਬਲੋ ਆ, ਦੇਖੋ ਆ। ਹੁਣ ਲੰਬ ਕੱਢੀ ਹਲਕੀ ਜੀ, ਹਲਕੀ ਲੰਬ ਨਹੀਂ, ਮਾੜਾ ਜਿਹਾ ਕੱਢਦਾ ਜਿਹਦੇ ਵਿੱਚ ਕਦੇ ਕੂਲਾ ਗਿੱਲਾ ਆ ਜਾਂਦਾ ਵਾ। ਅਤੇ ਬਾਕੀ ਆਪਾਂ ਪੁੱਛਦੇ ਹਾਂ ਕੀ ਹਿੱਸਾ ਚੱਲਣ ਡਿਆ ਇੱਥੇ, ਪ੍ਰੈਸ਼ਰ ਵਾਲੇ ਦਾ, ਲੇਬਰ ਦਾ ਕੀ ਚੱਲਣ ਡਿਆ ਵਾ, ਅਤੇ ਕੀ ਹਿਸਾਬ ਕਿਤਾਬ ਆ, ਚੈੱਕ ਕਰੋ। ਟਰੈਕਟਰ ਦਾ ਰੰਗ ਰੁੰਗ ਜੈਨੂਇਨ ਆ, ਟਰੈਕਟਰ ਮਾਚਲਾ ਬੜਾ ਸੋਹਣਾ ਟਰੈਕਟਰ ਆ। ਕੀ ਦੋਸਤੋ ਆਪਣੇ ਨਾਲ ਹੈਗੇ ਭਾਈ ਮਹੀਦਾ ਸਾਹਿਬ, ਇਹ ਟਰੈਕਟਰ ਦੇ ਡਰਾਈਵਰ ਵਾ, ਬੜੇ ਪੁਰਾਣੇ ਡਰਾਈਵਰ ਆ ਜੀ, ਮਤਲਬ ਫੁੱਲ ਟ੍ਰੇਨ ਡਰਾਈਵਰ ਆ, ਜਿੱਥੇ ਵੀ ਪਿੰਡ ਕਿਤੇ ਡਰਾਈਵਰ ਦੀ ਜ਼ਰੂਰਤ ਹੁੰਦੀ ਹੈ, ਕੋਈ ਟਰਾਲੀ ਫਸਦੀ ਹੈ, ਇਹਨਾਂ ਨੂੰ ਸੱਦਦੇ ਆ। ਬਾਕੀ ਆਪਾਂ ਇਹਨਾਂ ਨਾਲ ਆਪ ਪੁੱਛਦੇ ਹਾਂ ਟਰੈਕਟਰ ਦੇ ਬਾਰੇ ਵੀ ਮਜ਼ੀਦ। ਬਾਕੀ ਹਾਂਜੀ ਚਾਚਾ ਜੀ, ਕੀ ਹਾਲ ਚਾਲ ਆ ਚਾਚਾ ਜੀ, ਟਰੈਕਟਰ ਦੱਸੋ ਕਿਹੜਾ ਮਾਡਲ ਆ ਅਤੇ ਮਸ਼ੀਨ ਕਿੱਥੇ ਦੀ ਬਣੀ ਹੋਈ ਹੈ, ਅਤੇ ਕਿੱਦਾਂ ਤੁਸੀਂ ਮੁਤਮੈਨ ਹੋ ਫੀਅਰ 640 ਤੋਂ ਕਿ ਨਹੀਂ, ਟਰੈਕਟਰ ਤੋਂ ਕੋਈ ਨਜ਼ਾਰੇ ਕਰਾਉਂਦਾ ਕਿ ਨਹੀਂ, ਅਤੇ ਕੀ ਐਵਰੇਜ ਕੱਢਣ ਦਿਆ ਕਿੱਲੇ ਦੇ ਉੱਤੇ ਜਾਂ ਘੰਟੇ ਦੀ, ਨਹੀਂ ਨਹੀਂ ਆਪਣੇ ਟਰੈਕਟਰ ਕੀ ਐਵਰੇਜ ਕੱਢਣ ਦਿਆ ਤੇਲ, ਸਹੀ ਆ ਜੀ, ਕਿੰਨਾ ਘੰਟੇ 'ਚ ਕਿੰਨਾ ਕੁ ਪੀ ਜਾਂਦਾ ਵਾ, ਘੰਟੇ ਦਾ ਪੀ ਜਾਂਦਾ ਜੀ 9 ਲੀਟਰ 9 ਲੀਟਰ ਅਤੇ ਮਸ਼ੀਨ ਦਾ ਅੱਜ ਕੱਲ੍ਹ ਕੀ ਹਿੱਸਾ ਚੱਲਣ ਦਿਆ ਲੇਬਰ ਦਾ, ਜਿਹੜੀ ਉੱਪਰ ਗਾਲਾ ਲਾਉਣ ਵਾਲੀ ਭਰੀਆਂ ਵਾਲੀ, ਡੇਢਵਾਂ, ਅਤੇ ਜਿਹੜਾ ਤੁਹਾਡਾ ਮਸ਼ੀਨ ਵਾਲਿਆਂ ਦਾ ਹਿੱਸਾ ਕੀ ਚੱਲਣ ਡਿਆ, 13ਵਾਂ, ਅਤੇ ਬਾਕੀ ਚੈੱਕ ਕਰੋ ਟਰੈਕਟਰ ਨਜ਼ਾਰੇ ਕਰਾਉਂਦਾ ਕਿ ਨਹੀਂ ਤੁਸੀਂ, ਅਤੇ ਬਾਕੀ ਤੁਸੀਂ ਹੋਰ ਟਰੈਕਟਰ ਵੀ ਚਲਾਏ ਆ ਕਿ ਤੁਹਾਨੂੰ ਸਭ ਤੋਂ ਜ਼ਿਆਦਾ ਮਜ਼ਾ ਕਿਹੜੇ ਟਰੈਕਟਰ 'ਤੇ ਆ, ਫੀਅਰ 'ਤੇ ਜਾਂ ਮੈਸੀ 'ਤੇ, ਕਿਹੜੇ ਫੀਅਰ 'ਤੇ ਜੀ, ਆਹ ਫੀਅਰ ਆਪਣਾ ਇਲਾਕਾ ਫੀਅਰ ਦਾ ਵਾ, ਨਜ਼ਾਰਾ ਵੀ ਫੀਅਰ ਦਾ ਹੀ ਹੁੰਦਾ ਵਾ, ਅਤੇ ਬਾਕੀ ਕੋਈ ਦੱਸੋ ਟਰੈਕਟਰ ਦਾ ਕੰਮ ਸ਼ਾਮ ਕਰਾਇਆ ਇਸ ਵਾਰੀ ਕਿ ਇੱਦਾਂ ਹੀ ਪਾ ਦਿੱਤਾ, ਇੱਦਾਂ ਹੀ ਪਾ ਦਿੱਤਾ ਜੀ, ਠੀਕ ਹੋ ਗਿਆ ਜੀ। ਬਾਕੀ ਆ ਚਾਚਾ ਜੀ ਸੀ ਆਪਣੇ ਨਾਲ, ਇਹਨਾਂ ਨੇ ਦੱਸਿਆ ਆਪਣੇ ਕਦੋਂ ਦੀ ਲੱਗੀ ਮਸ਼ੀਨ ਟਰੈਕਟਰ ਦੇ ਉੱਤੇ, ਜੀ 12 ਵਜੇ ਲਾਈ ਸਰ, 12 ਵਜੇ ਦੇ ਕੋਈ ਟੈਂਪਰੇਚਰ ਸੂਈ ਚੱਲਦੀ ਟਰੈਕਟਰ ਦੀ ਕਿ ਨਹੀਂ, ਨਹੀਂ ਸਰ ਉੱਥੇ ਦੀ ਆ। ਚਲੋ ਮੈਂ ਚੈੱਕ ਕਰਦੇ ਹਾਂ ਜੀ ਕਿੱਥੇ ਕੁ ਤੱਕ ਆਪਣੇ ਚਾਚਾ ਜਿਹੜਾ ਕੈਮਰੇ ਅੱਗੇ ਆ ਕੇ ਘਬਰਾ ਆ ਗਿਆ ਥੋੜ੍ਹਾ ਜਿਹਾ, ਦੋਸਤੋ ਤੁਸੀਂ ਚੈੱਕ ਕਰੋ, ਬਾਕੀ ਟਾਈਮ ਚੈੱਕ ਕਰ ਲਓ ਜੀ, ਮੈਂ ਦੇਖ ਲਈ ਜੀ, ਬਾਕੀ ਦੋਸਤੋ ਟਾਈਮ ਚੈੱਕ ਕਰ ਲਓ, 3 ਵਜ ਚੱਲੇ ਆ, 3 ਘੰਟੇ ਹੋ ਗਏ ਧੁੱਪ ਪਈ ਆ, ਫੁੱਲ ਕੜਾਕੇ ਦਾ ਚੱਲਣ ਡਈ ਮਸ਼ੀਨ,
ਬਾਕੀ ਆਹ ਜੀ ਆਪਣੇ ਪੈਸਾ ਦੇ ਭਾਂਜਾ ਜੀ, ਇਹ ਵੀ ਟਰੈਕਟਰ ਡਰਾਈਵਰ ਆ ਮਾਸ਼ਾਅੱਲਾ। ਇਹ ਵੀ ਅੱਜ ਆਪਣੇ ਇੱਥੇ ਮਸ਼ੀਨ 'ਤੇ ਆਏ ਹੋਏ ਟਰੈਕਟਰ ਦੇ ਕੋਲ। ਬਾਕੀ ਟਰੈਕਟਰ ਸੁਥਰਾ, ਬੜਾ ਦਿਲ ਖੁਸ਼ ਹੋ ਗਿਆ ਟਰੈਕਟਰ ਦੇਖ ਕੇ। ਅਤੇ ਟਰੈਕਟਰ ਤੁਹਾਨੂੰ ਘੁਮਾ ਕੇ ਚੈੱਕ ਕਰਾ ਦਿੰਦੇ ਹਾਂ, ਚੈੱਕ ਕਰੋ ਜੀ।